ਸਰਕਾਰੀ ਗੋਦਾਮਾਂ 'ਚੋਂ ਕਣਕ ਚੋਰੀ ਕਰਨ ਵਾਲੇ ਗਿਰੋਹ ਦੇ 7 ਮੈਂਬਰ ਗ੍ਰਿਫਤਾਰ। ਤਰਨ ਤਾਰਨ ਦੇ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਮਨਿਆਲਾ ਜੈ ਸਿੰਘ ਰੋਡ 'ਤੇ ਨਾਕੇਬੰਦੀ ਦੌਰਾਨ 2 ਟਰੱਕਾਂ 'ਚੋਂ ਚੋਰੀ ਕੀਤੀ ਗਈ ਕਣਕ ਦੇ 838 ਤੋੜੇ ਬਰਾਮਦ ਕਰ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ SSP ਤਰਨ ਤਾਰਨ ਦਰਸ਼ਨ ਸਿੰਘ ਮਾਨ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਨੇ ਇੱਕ ਗਿਰੋਹ ਬਣਾਇਆ ਹੋਇਆ ਸੀ ਜੋ ਕਿ ਵੱਖ ਵੱਖ ਜ਼ਿਲ੍ਹਿਆਂ ਦੇ ਸਰਕਾਰੀ ਗੋਦਾਮਾਂ 'ਚੋਂ ਚੌਂਕੀਦਾਰਾਂ ਨੂੰ ਬੰਧਕ ਬਣਾ ਕੇ ਕਣਕ ਚੋਰੀ ਕਰਦੇ ਸਨ ਅਤੇ ਪੁਲਿਸ ਵੱਲੋਂ ਗਿਰੋਹ ਦੇ ਬਾਕੀ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹਨਾਂ ਨੇ ਪਰਸੋਂ 21-22 ਤਰੀਕ ਨੂੰ 66 ਜਿਹੜਾ ਪੈਂਦਾ ਅੰਮ੍ਰਿਤਸਰ ਕਮਿਸ਼ਨਰੇਟ 'ਚ, ਉੱਥੋਂ 2 ਟਰੱਕ ਲੁੱਟੇ ਸੀ FSI ਦੇ ਗਡਾਊਨ 'ਚੋਂ ਸੰਨ ਸਾਹਿਬ ਗੁਰਦੁਆਰਾ ਸਾਹਿਬ ਦੇ ਕੋਲੋਂ। ਉੱਥੇ ਪਰਚਾ ਦਰਜ ਹੋਇਆ ਕਮਿਸ਼ਨਰੇਟ 'ਚ। ਉਸ ਤੋਂ ਪਹਿਲਾਂ 15-16 ਦੀ ਰਾਤ ਨੂੰ ਇਹਨਾਂ ਨੇ ਬੱਲਾ ਪਿੰਡ ਪੈਂਦਾ, ਉਹ ਵੀ ਕਮਿਸ਼ਨਰੇਟ 'ਚ ਪੈਂਦਾ, ਉੱਥੋਂ ਇੱਕ ਟਰੱਕ ਲੁੱਟਿਆ ਸੀ। ਉਹ ਟਰੱਕ ਜਿਹੜੇ ਨੇ ਉਹ ਦੋਵੇਂ ਬਰਾਮਦ ਹੋ ਗਏ, ਪੂਰਾ ਸਮਾਲ ਜਿਹੜਾ ਸੀ ਭਰਿਆ ਭਰਾਇਆ ਸਮੇਤ ਟਰੱਕ ਉਹ ਬਰਾਮਦ ਹੋ ਗਿਆ ਇਹਨਾਂ ਤੋਂ। ਇਸ ਤੋਂ ਇਲਾਵਾ ਤਕਰੀਬਨ ਇਹ 25 ਵਾਰਦਾਤਾਂ ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ 'ਚ ਇਹਨਾਂ ਨੇ ਜਿਹੜੀਆਂ ਕੀਤੀਆਂ ਨੇ ਉਹ ਵੀ ਇਹ ਮੰਨ ਗਏ ਨੇ, ਅਤੇ ਅੱਗੇ ਹਜੇ ਇਨਵੈਸਟੀਗੇਸ਼ਨ ਇਹ ਕਿਉਂਕਿ ਇਕੱਲੇ ਫੜੇ ਨੇ, ਰਾਤ ਏ ਫੜੇ ਨੇ, ਅਤੇ ਇਹ ਚੱਲ ਰਹੀ ਹੈ। ਇਹ ਤੋਂ ਹੋਰ ਵੀ ਬਹੁਤ ਕੁਛ ਨਿਕਲੂਗਾ। ਇਹ 7 ਬੰਦੇ ਫੜੇ ਗਏ ਨੇ, ਇਹ 16 ਬੰਦਿਆਂ ਦਾ ਟੋਟਲ ਗੈਂਗ ਹੈ। ਹੁਣ ਅਸੀਂ ਇਹਨਾਂ ਨੂੰ ਇੰਟਰੋਗੇਸ਼ਨ ਕਰਾਂਗੇ ਅਤੇ ਜੋ ਵੀ ਮਿਲਦਾ ਫਿਰ ਤੁਹਾਨੂੰ ਦੱਸਦੇ। ਇਹ ਇਕੱਠੇ ਜਾਂਦੇ ਸੀ ਟਰੱਕਾਂ 'ਚ ਬੈਠ ਕੇ, ਅਤੇ ਇੱਕ ਥਾਂ 'ਤੇ ਮੋਟਰਸਾਈਕਲ ਖੜ੍ਹੇ ਕਰ ਦਿੰਦੇ ਸੀ, ਉਦੋਂ ਬਾਅਦ ਟਰੱਕ 'ਚ ਇਕੱਠੇ ਹੋ ਕੇ ਜਾਂਦੇ ਸੀ ਅਤੇ ਜਾ ਕੇ ਇਹ ਕੰਧਾਂ ਟੱਪ ਕੇ ਚੌਂਕੀਦਾਰਾਂ ਨੂੰ ਕਾਬੂ ਕਰ ਲੈਂਦੇ ਸੀ, ਅਤੇ ਕਿਰਪਾਨਾਂ ਵਗੈਰਾ ਜੋ ਵੀ ਹਥਿਆਰ ਦਿਖਾ ਕੇ ਇਹਨਾਂ ਤੋਂ ਉਹ ਇਹ ਲੁੱਟ ਲੈਂਦੇ ਸੀ। ਇਹ ਮਾਲ ਇਨਵੈਸਟੀਗੇਸ਼ਨ ਦਾ ਮੈਟਰ ਹੈ, ਸਾਨੂੰ ਪਤਾ ਲੱਗ ਗਿਆ ਕਿੱਥੇ ਵੇਚਦੇ, ਛੇਤੀ ਉਹਨੂੰ ਵੀ ਅਰੈਸਟ ਕਰ ਲਾਂ। ਇਹਨਾਂ 'ਚੋਂ ਬਹੁਤ ਕੁਛ ਨਿਕਲੂਗਾ, ਹਜੇ ਤਾਂ ਪ੍ਰੀਲਿਮਿਨਰੀ ਸਟੇਜ ਹੈ, ਬਹੁਤ ਮੁੱਢਲੀ ਤਫਤੀਸ਼ ਹੈ ਕਿਉਂਕਿ ਰਾਤ ਹੀ ਫੜੇ ਨੇ, ਅੱਜ ਪੇਸ਼ ਕੀਤੇ ਨੇ ਰਿਮਾਂਡ ਲੈ ਕੇ, ਕਾਫੀ ਕੁਛ ਨਿਕਲੂਗਾ ਇਹਨਾਂ 'ਚੋਂ।